ਸੋ ਅਸੀਂ ਇਸ ਪਰਿਵਾਰ ਦੇ ਲਈ ਪਰਮੇਸ਼ੁਰ ਦੇ ਦਾਸ ਉਹਦੀ ਪਰਿਵਾਰ ਦੇ ਲਈ ਸਾਰੇ ਜਿਹੜੇ ਸੋਗ ਵਿੱਚ ਜੀ ਸਭ ਦੇ ਲਈ ਸਾਰੇ ਮਿਲ ਕੇ ਅਸੀਂ ਪਰਮੇਸ਼ੁਰ ਦਾ ਸ਼ੁਕਰਗੁਜ਼ਾਰ ਕਰਦੇ ਰਹੀਏ ਤਾਂ ਕਿ ਜਦੋਂ ਸਫ਼ਰ ਵਿੱਚ ਜਾਣ 'ਤੇ ਆਸ਼ੀਸ਼ ਪਾਉਣ ਸਭ ਆਪਣੀ ਅੱਖਾਂ ਬੰਦ ਕਰੀਏ ਸਿਰਾਂ ਵਿੱਚ ਚੁਕਾਈਏ ਇਹ ਸਵਰਗੀਆ ਪਿਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੇ ਪਿਆਰ ਦੇ ਲਈ ਖੁਦਾ ਤੇਰੀ ਮੁਹੱਬਤ ਦੇ ਲਈ ਕਿ ਤੂੰ ਆਪਣਾ ਪੁੱਤਰ ਦੇ ਦਿੱਤਾ ਖੁਦਾ 'ਚ ਲਿਖਿਆ ਜੋ ਵਿਸ਼ਵਾਸ ਕਰੇ ਹਲਾਕ ਨਾ ਹੋਏ ਹਮੇਸ਼ਾ ਦੀ ਜ਼ਿੰਦਗੀ ਪਾਏ ਖੁਦਾ ਅਸੀਂ ਵਿਸ਼ਵਾਸ ਦੇ ਵਿੱਚ ਤੇਰੇ ਚਰਨਾਂ 'ਚ ਆਉਂਦੇ ਹਾਂ ਚੁੱਕਦੇ ਹਾਂ ਤੈਨੂੰ ਸਜਦਾ ਕਰਦੇ ਹਾਂ ਕਿਉਂਕਿ ਤੂੰ ਮਹਾਨ ਪਰਮੇਸ਼ਰ ਹੈ ਜਿਉਂਦਾ ਅਤੇ ਜਿਉਂਦਾ ਨਾਲ ਗੱਲ ਕਰਨ ਵਾਲਾ ਪਰਮੇਸ਼ਰ ਹੈ ਖੁਦਾ ਸੱਚਮੁੱਚ ਪ੍ਰਭੂ ਇਸ ਰਾਜ ਅਸੀਂ ਤੇਰੇ ਬੇਟੀਆਂ ਬੇਟੇ ਜਿੰਨੇ ਵੀ ਸਿਰ ਲਗੋ ਦੇ ਸਭ ਦੇ ਲਈ ਪ੍ਰਭੂ ਜੀ ਪ੍ਰਾਰਥਨਾ ਕਰਦੇ ਹਾਂ ਖਾਸ ਕਰਕੇ ਤੇਰੇ ਦਾਸ ਜੇਕਬ ਸਾਹਿਬ ਦੇ ਲਈ ਖੁਦਾ ਉਹਦੇ ਪਤਨੀਆਂ ਦੇ ਬੱਚਿਆਂ ਦੇ ਲਈ ਉਹਦੇ ਘਰਾਣੇ ਵਾਸਤੇ ਖੁਦਾ ਭੈਣ ਭਰਾਵਾਂ ਵਾਸਤੇ ਉਸ ਪਰਿਵਾਰ ਵਾਸਤੇ ਜਿਸ ਪਰਿਵਾਰ ਦੇ ਵਿੱਚ ਪ੍ਰਭੂ ਜੀ ਅਜ਼ੀਜ਼ ਨੂੰ ਤੁਸੀਂ ਬੁਲਾ ਲਿਆ ਖੁਦਾ ਜਿੰਨਾ ਸਮਾਂ ਸੀ ਉਹਦਾ ਤੈਅ ਕੀਤਾ ਹੋਇਆ ਖੁਦਾ ਤੁਸੀਂ ਪ੍ਰਭੂ ਜੀ ਉਸਨੂੰ ਪੂਰਾ ਹੋਣ ਦੇ ਲਈ ਆਸ਼ੀਸ਼ ਦਿੱਤੀ ਖੁਦਾ ਪੂਰਾ ਹੋ ਕੇ ਖੁਦਾ ਆਪਣੇ ਕੋਲ ਬੁਲਾਇਆ ਖੁਦਾ ਅਸੀਂ ਆਸ ਕਰਦੇ ਹਾਂ ਕਿ ਖੁਦਾ ਜਦੋਂ ਨਿਆਂ ਦੇ ਸਮੇਂ ਅਸੀਂ ਤੇਰੇ ਸਾਹਮਣੇ ਖੜੇ ਹੋਈਏ ਤੇ ਤੇਰੇ ਬੇਟੇ ਨੂੰ ਤੇਰੇ ਨਾਲ ਦੇਖੀਏ ਖੁਦਾ ਅੱਜ ਤੇਰਾ ਜਲਾਲ ਉਹਦੇ ਜੀਵਨ 'ਚ ਹੋਏ ਖੁਦਾ ਇਹ ਪਰਿਵਾਰ ਨੂੰ ਤਸੱਲੀ ਦੇਣ ਵਾਲੇ ਪਰਮੇਸ਼ੁਰ ਤੇਰਾ ਧੰਨਵਾਦ ਕਰਦੇ ਹਾਂ ਖੁਦਾ ਕਿ ਆਉਣ ਵਾਲੇ ਸਮੇਂ 'ਚ ਖੁਦਾ ਜਦੋਂ ਇਹਨਾਂ ਨੇ ਸਬਰ ਕਰਕੇ ਖੁਦਾ ਉਸ ਪਰਿਵਾਰ ਵਿੱਚ ਸ਼ਾਮਿਲ ਹੋਣਾ ਖੁਦਾ ਬਰਕਤ ਦੇਣਾ ਖੁਦਾ ਜਿੰਨੇ ਵੀ ਤੇਰੇ ਬੇਟੀਆਂ ਬੇਟੇ ਖੁਦਾ ਇਹ ਪਰਿਵਾਰ ਦੇ ਨਾਲ ਆਪਣਾ ਦੁੱਖ ਸਾਂਝਾ ਕਰਨ ਆਏ ਸਭ ਦੇ ਉੱਤੇ ਤੇਰੀ ਬਰਕਤ ਹੋਏ ਖੁਦਾ ਹੌਸਲਾ ਦੇਣ ਵਾਲਾ ਤੂੰ ਪਰਮੇਸ਼ੁਰ ਹੈ ਕਿਉਂਕਿ ਹਰ ਇਨਸਾਨ ਨੇ ਜਹਾਨ ਤੋਂ ਕੁਝ ਕਰਨਾ ਹੈ ਖੁਦਾ ਅਸੀਂ ਜਾਣਦੇ ਹਾਂ ਖੁਦਾ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਪ੍ਰਭੂ ਜੀ ਅਸੀਂ ਤੇਰੇ ਸਾਹਮਣੇ ਖੜੇ ਹੋਈਏ ਅਤੇ ਤੇਰੇ ਨਾਮ ਨੂੰ ਮਹਿਮਾ ਦੇਈਏ ਜਦੋਂ ਤੱਕ ਇਸ ਧਰਤੀ ਤੇ ਆਂ ਕਿ ਖੁਦਾ ਤੇਰੇ ਪੈਰ ਵਿੱਚ ਰਹਿ ਕੇ ਤੇਰੀ ਮਰਜ਼ੀ ਨੂੰ ਪੂਰਾ ਕਰੀਏ ਯਿਸੂ ਦੇ ਨਾਮ ਸੇ ਆਮੀਨ ਹਾਲੇਲੂਯਾ।